ਅਕਾਲੀ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਨਗਰ ਨਿਗਮ ਚ ਕਾਂਗਰਸ ਤੇ ਉਹਨਾਂ ਦੇ ਇਲਾਕੇ ਦਾ ਵਿਕਾਸ ਨਾ ਕਰਨ ਦੇ ਆਰੋਪ ਲਗਾਏ ਨੇ। ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਚ ਪੈਂਦੇ ਦੁਰਗਾਪੁਰੀ ਪ੍ਰੇਮ ਨਗਰ ਦਾ ਦੌਰਾ ਕਰਨ ਵੇਲੇ ਢਿੱਲੋਂ ਨੇ ਆਰੋਪ ਲਗਾਇਆ ਕਿ ਜਦ ਤੋਂ ਕਾਂਗਰਸ ਸੱਤਾ ਚ ਆਈ ਹੈ ਸ਼ਹਿਰ ਦਾ ਵਿਕਾਸ ਰੁਕ ਗਿਆ ਹੈ। ਇਸ ਮੌਕੇ ਉਹਨਾਂ ਦੇ ਸਾਥੀਆਂ ਨੇ ਨਗਰ ਨਿਗਮ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਅੱਜ ਦੇ ਇੱਥੇ ਆਉਣ ਤੋਂ ਪਹਿਲਾਂ ਮੈਂ ਆਪ ਅਤੇ ਸਾਡਾ ਕੌਂਸਲ ਦੋਨਾਂ ਖਰਚਾ ਪਤਾ ਨਹੀਂ ਕਿੰਨੇ ਕੁ ਮੋਰੰਡਮ ਦੇ ਚੁੱਕਿਆ ਕਾਰਪੋਰੇਸ਼ਨ ਦੇ ਵਿੱਚ ਸਾਰੇ ਮੋਰੰਡਮ ਇਹ ਹੋਰ ਨੇ ਸਾਡੇ ਕੋਲ ਫਾਈਲਾਂ ਭਰੀਆਂ ਪਈਆਂ ਨੇ। ਅਸੀਂ ਜਾ ਜਾ ਕੇ ਉੱਥੇ ਅਸਤੀਫੇ ਵੀ ਦਿੱਤੇ ਕਿ ਸਾਡਾ ਅਸਤੀਫਾ ਚੱਕ ਲਓ। ਅਸਤੀਫਾ ਵੀ ਕਿਸੇ ਨੇ ਮਨਜ਼ੂਰ ਨਹੀਂ ਕੀਤਾ। ਆਹ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਆਹ ਕੋਈ ਹਾਲ ਹੈ। ਧਰਨੇ ਲੋਕ ਵਿਚਾਰੇ ਜਿਹੜੇ ਇੱਥੇ ਰਹਿੰਦੇ ਨੇ, ਮੈਂ ਤਾਂ ਅਫਸਰ ਨੂੰ ਇਹ ਵੀ ਕਿਹਾ ਸੀ ਕਿ ਮੇਰੇ ਨਾਲ ਜਾ ਕੇ ਤੁਸੀਂ ਇੱਕ ਘੰਟਾ ਉੱਥੇ ਰਹੋ। ਮੈਂ ਕਿਹਾ ਸੀ ਅਤੇ ਉਹਨਾਂ ਗਲੀਆਂ ਦੇ ਵਿੱਚ ਖੜ ਕੇ ਕਿਤੇ ਰੋਟੀ ਦਾ ਖਾ ਕੇ ਦੇਖੋ, ਇਹਨਾਂ ਨੂੰ ਬਦਬੂ ਆਉਂਦੀ ਇੱਥੇ ਆਉਂਦੇ ਤੱਕ ਨਹੀਂ ਹੈ। ਜਿਹੜੇ ਟੱਕਰ ਨੇ ਸੀਵਰ ਦੇ ਉਹ ਸਾਰੇ ਖੁੱਲ੍ਹੇ ਪਏ ਨੇ। ਆਹ ਤੁਹਾਡੇ ਸਾਹਮਣੇ ਮੋਟਰਸਾਈਕਲ ਆਇਆ ਵਿਚਾਰੇ ਦਾ ਟੱਕਰ, ਜਿੱਥੇ ਹੈ ਨਹੀਂ ਸੀਵਰ ਦਾ ਮੋਟਰਸਾਈਕਲ ਵਿੱਚ ਫਸ ਗਿਆ। ਕੇ ਜੇ ਮੋਟਰਸਾਈਕਲ ਵਿੱਚ ਫਸ ਗਿਆ, ਜੇ ਵਿਚਾਰਾ ਕੋਈ ਬੱਚਾ ਹੋਊਗਾ ਬੱਚਾ ਥੱਲੇ ਗਿਰੂਗਾ ਨਾ। ਤੋ ਜਿਹੜੇ ਮਾਂ ਬਾਪ ਨੇ ਵਿਚਾਰੇ ਉਹ ਬੱਚਿਆਂ ਨੂੰ ਬਾਹਰ ਨਹੀਂ। ਅਸੀਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਉੱਤੇ ਜਿੱਥੇ ਕੰਮ ਛੱਡ ਕੇ ਗਏ ਸੀ ਸਾਰੇ ਕੰਮ ਉੱਥੇ ਦੇ ਉੱਥੇ ਰਹੇ। ਇੱਕ ਇੱਟ ਵੀ ਨਹੀਂ ਲਾਈ ਇਹਨਾਂ ਨੇ ਕਿੱਟ। ਮੈਨੂੰ ਦੱਸਣ ਇਹਨਾਂ 2 ਸਾਲਾਂ ਦੇ ਵਿੱਚ ਇਹ ਕਾਂਗਰਸ ਸਰਕਾਰ ਨੇ ਢਣਾਰੀ ਦੇ ਇਸ ਵਾਰਡ ਦੇ 28 ਨੰਬਰ ਵਾਰਡ ਦੇ ਵਿੱਚ ਕੀ ਲਾਇਆ। ਸਾਡਾ ਕੌਂਸਲ ਮਿੰਤਾ ਕਰਦਾ ਥੱਕ ਗਿਆ, ਗੇੜਾ ਤੱਕ ਨਹੀਂ ਕਿਸੇ ਨੇ ਮਾਰਿਆ, ਬੁਰੀ ਹਾਲਤ ਕਰਕੇ ਰੱਖਤੀ। ਇਕੱਲਾ ਆਹ ਵਿਕਾਸ ਦੀ ਬੁਰੀ ਹਾਲਤ ਨਹੀਂ, ਲੋਕਾਂ ਦਾ ਨਿੱਜੀ ਇਹਨਾਂ ਨੇ ਸ਼ੋਸ਼ਣ ਕੀਤਾ। ਬਿਜਲੀ ਦੇ ਬਿੱਲ ਕਿਸੇ ਦਾ 50,000 ਦਾ ਕਿ 80,000 ਦਾ ਬਿਜਲੀ ਦਾ ਬਿੱਲ ਆ ਰਿਹਾ, 100 ਗਜ਼ ਉੱਤੇ ਟੈਕਸ ਲਾ ਤੇ ਬੁਰੀ ਹਾਲਤ ਕਰਤੀ, ਲੋਕਾਂ ਦਾ ਕਚੁੰਬਰ ਕੱਢਣ ਲੱਗੇ ਪਏ। ਕਾਂਗਰਸ ਦੇ ਕਿਸੇ MP ਨੇ ਵੋਟਾਂ ਲੈਣੀਆਂ, ਫਿਰ ਢੰਡਾਰੀ ਲਗਵੇ ਆ ਕੇ, ਫਿਰ ਢੰਡਾਰੀ ਦੇ ਵਿੱਚ ਆ ਕੇ ਵੋਟਾਂ ਲਵੇ, ਇੱਥੇ ਕੰਮ ਗਿਣਾ ਵੇ ਕਿਹੜੇ ਕਿਹੜੇ ਕੰਮ ਹੋਏ ਨੇ, ਲੋਕ ਲੈਣਗੇ ਹਿਸਾਬ ਤਾਬ। ਅਸੀਂ ਮਿੰਨਤਾਂ ਕਰਨੀਆਂ, ਤਰਲੇ ਕੱਢਣੇ, ਰੋਹ ਵੀ ਦੇ ਕੇ ਦੇਖ ਲਿਆ, ਧਰਨੇ ਲਾ ਕੇ ਦੇਖ ਲਏ, ਕੋਈ ਕਿਸੇ ਦੇ ਕੋਈ ਕੰਤੇ ਜੂ ਸਰ ਕੋਈ ਵਿਕਾਸ ਨਹੀਂ ਹੋਇਆ। ਜਦਨ ਦੀ ਸਰਕਾਰ ਚੇਂਜ ਹੋਈ ਆ, ਸਾਡੇ ਏਰੀਏ ਵਿੱਚ ਇੱਕ ਵੀ ਪੈਸਾ ਨਹੀਂ ਲੱਗਿਆ ਹੈਗਾ, ਇੱਥੇ ਕੋਈ ਵੀ ਕਾਂਗਰਸ ਦਾ ਲੀਡਰ ਨਹੀਂ ਆ ਕੇ ਖੜਿਆ ਹੋਇਆ ਹੈਗਾ, ਕਿਸੇ ਨੇ ਸਾਡੇ ਏਰੀਏ ਦੀ ਸਾਰ ਨਹੀਂ ਲਈ ਹੈਗੀ। ਅਸੀਂ ਢਿੱਲੋਂ ਸਾਹਿਬ ਨੂੰ ਨਾਲ ਲੈ ਕੇ ਕਾਰਪੋਰੇਸ਼ਨ ਦਫ਼ਤਰ ਦੇ ਵੀ ਚੱਕਰ ਲਗਾਏ, ਧਰਨੇ ਵੀ ਲਗਾਏ, ਮੈਂ ਅਸਤੀਫਾ ਵੀ ਦਿੱਤਾ, ਨਾਮਨਜ਼ੂਰ ਕਰਤਾ, ਇਹ ਤੋਂ ਵੱਧ ਅਸੀਂ ਪੁਲ ਵੀ ਜਾਮ ਕਰਿਆ ਦੁਖੀ ਹੋ ਕੇ, ਠੀਕ ਆ ਜੀ। ਅਤੇ ਕੁਛ ਬੰਦੇ ਸਾਡੇ ਹੈਗੇ ਨੇ ਜਿਹੜੇ ਕਿ ਸੂਸਾਈਡ ਤੱਕ ਵੀ ਉਤਰਿਆ, ਤੁਹਾਨੂੰ ਵੀ ਪਤਾ ਹੀ ਲੱਗ ਗਿਆ ਹੋਣਾ। ਪਰ ਇਸ ਏਰੀਏ ਦੇ ਵਿੱਚ ਇੰਨਾ ਕੁ ਬੁਰਾ ਹਾਲਤ ਆ, ਜੋ ਕੰਮ ਇਹ ਪਹਿਲਾਂ ਕਰਵਾ ਗਏ ਉਹ ਕੰਮ ਉੱਥੇ ਖੜੇ ਨੇ, ਉਹ ਤੋਂ ਬਾਅਦ ਇੱਥੇ ਇੱਕ ਵੀ ਪੈਸੇ ਦਾ ਕੋਈ ਕੰਮ ਨਹੀਂ ਹੋਇਆ ਹੈਗਾ, ਕੋਈ ਵੀ ਕਿਸੇ ਕਿਸਮ ਦੀ ਸਾਨੂੰ ਸਹੂਲਤ ਨਹੀਂ ਹੈਗੀ। ਆਹ ਤੁਹਾਡੇ ਸਾਹਮਣੇ ਹੀ ਆ, ਤੁਸੀਂ ਜਿਉਂਦੀ ਕਹਿੰਦੇ ਵੀ ਨਰਕ ਕਿੱਥੇ ਆ, ਤਾਂ ਨਰਕ ਸਮਝ ਲਓ ਵੀ ਢੰਡਾਰੀ ਦੇ ਵਿੱਚ ਹੀ ਆ। ਬਿਊਰੋ ਰਿਪੋਰਟ, ਲੁਧਿਆਣਾ ਵਿਊ।